ਆਪਣੇ ਇਹ ਪੰਜਾਬ ਦੇ ਵਿੱਚ ਹਾਲਾਤ ਨੇ ਜਿਸ ਤਰ੍ਹਾਂ ਕਿ ਕੋਈ ਗੈਰ ਪੰਜਾਬੀ ਭਾਸ਼ਾ ਵਾਲੇ ਇੱਥੇ ਮਤਲਬ ਰਾਜ ਕਰਨਾ ਚਾਹੁੰਦੇ ਨੇ ਕਿ ਪੰਜਾਬੀ ਹੀ ਮਤਲਬ ਇਸ ਦਿਸ਼ਾ ਦੇ ਸਕਦਾ ਪੰਜਾਬ ਨੂੰ ਕਿ ਗੈਰ ਭਾਸ਼ਾ ਵਾਲਾ ਵੀ ਦੇ ਸਕਦਾ। ਦੇਖੋ ਕੋਈ ਬੰਦਾ ਵੀ ਦੂਜੇ ਦੇ ਘਰ ਵਿੱਚ ਜਾ ਕੇ ਕਦੀ ਕਾਮਯਾਬ ਨਹੀਂ ਹੋ ਸਕਦਾ। ਪੰਜਾਬ ਅਤੇ ਪੰਜਾਬੀਅਤ ਦਾ ਗੌਰਵਮਈ ਇਤਿਹਾਸ ਹੈ। ਪੰਜਾਬ ਦੇ ਲੋਕ ਮਿਹਨਤ ਕਰਕੇ ਦੁਨੀਆ ਭਰ 'ਚ ਜਾਣੇ ਜਾਂਦੇ ਨੇ। ਪੰਜਾਬ ਦੇ ਲੋਕ ਬਹਾਦਰੀ ਕਰਕੇ ਦੁਨੀਆ 'ਚ ਜਾਣੇ ਜਾਂਦੇ ਨੇ। ਪੰਜਾਬ ਦੇ ਲੋਕ ਪਰਾਹੁਣਚਾਰੀ ਕਰਕੇ ਲੋਕ ਜਾਣੇ ਜਾਂਦੇ ਨੇ। ਅੱਜ ਸਾਰੀ ਦੁਨੀਆ ਵਿੱਚ ਪੰਜਾਬੀ ਗਾਣੇ ਵੱਜਦੇ ਨੇ। ਕੋਈ ਇੱਕ ਕਮਿਊਨਿਟੀ, ਕੋਈ ਇੱਕ ਭਾਸ਼ਾ ਨਹੀਂ ਜਿਹੜੀ ਸਾਰੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੋਵੇ। ਪੰਜਾਬੀ ਭਾਸ਼ਾ ਹੈ ਅਤੇ ਇਹ 'ਚ ਕੋਈ ਦੋ ਰਹਿਵਾ ਨਹੀਂ ਗੀ ਅਤੇ ਗੈਰ ਪੰਜਾਬੀ ਪੰਜਾਬ 'ਚ ਆ ਕੇ ਕਦੀ ਸਕਸੈਸਫੁਲ ਨਹੀਂ ਹੋ ਸਕਦਾ। ਪੰਜਾਬ ਦਾ ਜੋ ਦਰਦ ਪੰਜਾਬੀ ਨੂੰ ਆ ਉਹ ਕਿਸੇ ਹੋਰ ਨੂੰ ਨਹੀਂ ਹੋ ਸਕਦਾ। ਅੱਛਾ ਜੀ, ਅਸੀਂ ਦੂਜੀ ਗੱਲ ਆਪ ਨੂੰ ਇਹ ਪੁੱਛਣੀ ਚਾਹੁੰਦੇ ਹਾਂ ਵੀ ਜੋ ਇਹ ਵਾਤਾਵਰਨ ਅੱਜ ਚੱਲ ਰਿਹਾ ਰਾਜਨੀਤੀ ਦਾ, ਭ੍ਰਿਸ਼ਟਾਚਾਰ ਦਾ, ਹਰੇਕ ਲੀਡਰ ਇਹ ਕਹਿੰਦਾ ਵੀ ਮੇਰੀ ਸਰਕਾਰ ਆਵੇ ਮੈਂ ਮੌਕੇ ਦਾ ਨੁਮਾਇੰਦਾ, ਮੈਂ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗਾ, ਕਿ ਕ੍ਰਾਂਤੀਕਾਰੀ ਲੋਕਾਂ ਨੂੰ ਪਿੱਛੇ ਕਿਉਂ ਹਟਾਇਆ ਜਾ ਰਿਹਾ? ਦੇਖੋ ਜੀ, ਪਤਾ ਨਹੀਂ ਹੁਣ ਕ੍ਰਾਂਤੀਕਾਰੀ ਦਾ ਫੈਸਲਾ ਲੋਕ ਕਰਦੇ ਆ, ਕਈ ਵਾਰੀ ਲੋਕਾਂ ਨੂੰ ਭੁਲੇਖਾ ਵੀ ਪੈ ਜਾਂਦਾ। ਆ ਸਾਡੇ ਵਾਲਾ ਲੀਡਰ ਵੀ ਜਿਹੜਾ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦਾ ਸੀ ਨਾ, ਰਾਤੀ ਟੀਵੀ 'ਤੇ ਵੀ ਕਹਿ ਰਿਹਾ ਸੀਗਾ ਕਿ ਅਸੀਂ ਸੰਘਰਸ਼ 'ਚੋਂ ਨਿਕਲੇ ਹਾਂ। ਤਾਂ ਮੈਂ ਵੀ ਉਸੇ ਡਿਬੇਟ ਦੇ ਵਿੱਚ ਸੀ। ਪਤਾ ਨਹੀਂ ਮੇਰੀ ਆਵਾਜ਼ ਉਹਨਾਂ ਰਿਕਾਰਡ ਨਹੀਂ ਕੀਤੀ ਜਾਂ ਜਾਣ ਬੁੱਝ ਕੇ ਉਹ ਬੀਬੀ ਨੇ ਕਹਿਤਾ ਵੀ ਆਪ ਬਹੁਤ ਉੱਚੀ ਥ੍ਰੈਟ ਕਰ ਰਹੇ ਹੋ। ਮੈਂ ਉਹਦੇ 'ਚ ਕਿਹਾ ਸੀ ਕਿ ਕ੍ਰਾਂਤੀਕਾਰੀ ਇਕੱਲਾ ਤੂੰ ਨਹੀਂ, ਮੈਨੂੰ ਨਹੀਂ ਪਤਾ ਵੀ ਤੂੰ ਕ੍ਰਾਂਤੀ ਕੀ ਵਿਖਾਈ ਆ। ਅਸੀਂ ਤਾਂ 3-3 ਸਾਲ ਜੇਲ੍ਹਾਂ 'ਚ ਰਹੇ ਹਾਂ। ਕ੍ਰਾਂਤੀਕਾਰੀ ਲੋਕ ਜਿਹੜੇ ਆ ਪੰਜਾਬ ਦੇ ਲੋਕ ਕ੍ਰਾਂਤੀਕਾਰੀ ਆ। ਜਦੋਂ ਵੀ ਦੇਸ਼ ਦੇ ਵਿੱਚ ਕੋਈ ਪਰਿਵਰਤਨ ਆਇਆ ਵਾ ਪੰਜਾਬ ਦੇ ਲੋਕਾਂ ਨੇ ਲਿਆਂਦਾ ਵਾ, ਚਾਹੇ ਜੈਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਸੀ, ਚਾਹੇ ਗ੍ਰੀਨ ਰੈਵੋਲਿਊਸ਼ਨ ਸੀ, ਚਾਹੇ ਜਦੋਂ ਅਬਦਾਲੀ ਸਾਰਾ ਦੇਸ਼ ਲੁੱਟ ਕੇ ਲਿਆਉਂਦਾ ਸੀਗਾ ਅਤੇ ਪੰਜਾਬ ਦੀ ਧਰਤੀ ਤੋਂ ਜਦੋਂ ਲੰਘਦਾ ਸੀ ਉਦੋਂ ਅਬਦਾਲੀ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ ਸੀ, ਸਾਰਾ ਦੇਸ਼ ਸੌਂ ਜਾਂਦਾ ਸੀ। ਇਹ ਪੰਜਾਬੀਆਂ ਦੀ ਕਹਾਵਤ ਬਣੀ ਹੋਈ ਆ ਅਤੇ ਪੰਜਾਬ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਕਾਂ ਦੀ ਬਚਾਉਣ ਵਾਸਤੇ ਆਪਣੀਆਂ ਜਾਨਾਂ ਵੀ ਦੇ ਦਿੰਦੇ ਰਹੇ ਆ। ਅਤੇ ਪੰਜਾਬੀਅਤ ਹੀ ਹੈ ਜਿਨ੍ਹਾਂ ਨੇ ਸਾਰੇ ਦੇਸ਼ ਦੇ ਜਿਹੜਾ ਅਨਾਜ ਭੰਡਾਰ ਜਿਹੜਾ ਦੇਸ਼ ਬਾਹਰ ਜਾ ਕੇ ਲੋਕਾਂ ਕੋਲ ਮੰਗਦਾ ਸੀ, ਸਾਡੇ ਲੀਡਰ ਜਿਹੜੇ ਆ ਅਨਾਜ ਵਾਸਤੇ ਜਾ ਕੇ ਦੂਜੇ ਮੁਲਕਾਂ ਵਿੱਚ ਝੋਲ ਲਿਆ ਰਹੇ ਸੀ। ਪੰਜਾਬੀਆਂ ਨੇ ਗ੍ਰੀਨ ਰੈਵੋਲਿਊਸ਼ਨ ਲਿਆਂਦਾ, ਮਿਹਨਤੀ ਲੋਕ ਨੇ। ਇਸ ਕਰਕੇ ਪੰਜਾਬ ਦੀਆਂ ਸਮੱਸਿਆ ਪੰਜਾਬ ਦੇ ਲੋਕ ਜਾਣਦੇ ਨੇ ਅਤੇ ਕ੍ਰਾਂਤੀਕਾਰੀ ਦਾ ਫੈਸਲਾ ਲੋਕਾਂ ਨੂੰ ਕਈ ਵਾਰੀ ਭੁਲੇਖਾ ਵੀ ਲੱਗ ਜਾਂਦਾ। ਜਿੰਨੇ ਲੀਡਰ ਆ ਉਹ ਸਾਰੇ ਆਪਣੇ ਆਪ ਨੂੰ ਕ੍ਰਾਂਤੀਕਾਰੀ ਕਹਿੰਦੇ ਆ। ਜਦੋਂ ਉਹਨਾਂ ਕੋਲ ਪਾਵਰ ਆ ਜਾਂਦੀ ਆ ਉਦੋਂ ਬਾਅਦ 'ਚ ਪਤਾ ਲੱਗਦਾ ਕਿ ਕਿੰਨੇ ਕ੍ਰਾਂਤੀਕਾਰੀ ਨੇ। ਜਦੋਂ ਕੋਈ ਚੀਜ਼ ਕੋਈ ਅਚੀਵ ਨਹੀਂ ਕਰਦਾ, ਉਹਨਾਂ ਦੇ ਹੱਥ ਨਹੀਂ ਪਹੁੰਚਦੀ, ਉਦੋਂ ਸਾਰੇ ਕਹਿੰਦੇ ਅਸੀਂ ਬਹੁਤ ਇਮਾਨਦਾਰ ਆ। ਉਹ ਕਹਾਵਤ ਆ ਨਾ ਛੋਟੇ ਹੁੰਦੇ ਦੀ, ਪੜ੍ਹਦੇ ਹੁੰਦੇ ਸੀ, ਤਾਖੇ ਹੱਥ ਦਾ ਉੱਪਰੇ ਆਖੇ ਥੂਹ ਪਾਉਣੀ। ਜਦੋਂ ਤੱਕ ਕੋਈ ਚੀਜ਼ ਅਚੀਵ ਨਹੀਂ ਕਰਦੇ ਉਦੋਂ ਤੱਕ ਇਮਾਨਦਾਰੀ ਦਾ ਉਪਦੇਸ਼ ਕਰਦੇ ਆ। ਅਤੇ ਜਦੋਂ ਕੋਈ ਚੀਜ਼ ਅਚੀਵ ਹੋ ਜਾਂਦੀ ਹੈ, ਅਸਲੀ ਟੈਸਟ ਬੰਦੇ ਦਾ ਉਦੋਂ ਹੁੰਦਾ ਵਾ ਅਤੇ ਜੇ ਉਦੋਂ ਲੋਕਾਂ ਦੀ ਆਸਾਂ 'ਤੇ ਪੂਰਾ ਉਤਰਦਾ ਤਾਂ ਉਹ ਕ੍ਰਾਂਤੀਕਾਰੀ ਸਮਝਿਆ ਜਾਂਦਾ। ਕਿਉਂਕਿ ਧੋਖਾ ਤਾਂ ਲੋਕ ਆਮ ਹੀ ਖਾਂਦੇ ਰਹੇ ਆ, ਅਤੇ ਦੇਸ਼ ਦੇ ਲੋਕਾਂ ਨੂੰ ਬਹੁਤ ਸਾਰੇ ਲੀਡਰਾਂ ਨੇ ਧੋਖਾ ਦਿੱਤਾ ਵੀ ਆਪਦੇ ਉੱਪਰ ਝੂਠੇ ਐਲੀਗੇਸ਼ਨ ਲਾਏ ਜਾ ਰਹੇ ਆ, ਇੱਕ ਸੱਚੇ ਹੈ ਕੀ ਕੀ ਮਤਲਬ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਸ ਬਾਰੇ ਮੈਂ ਇਹੀ ਕਹਿਣਾ ਚਾਹਾਂਗਾ ਜੀ, ਇਹ ਤਾਂ ਮੇਰੀ ਪਾਰਟੀ ਨੇ, ਜਿਸ ਪਾਰਟੀ ਵਾਸਤੇ ਮੈਂ ਡੇ ਨਾਈਟ ਕੰਮ ਕੀਤਾ ਸੀ, ਮੈਂ 2-2.5 ਸਾਲ ਦਿਨ ਰਾਤ ਕੰਮ ਕੀਤਾ, ਮੈਂ 24 ਘੰਟਿਆਂ ਦੇ ਵਿੱਚ 18-19 ਘੰਟੇ ਸੜਕਾਂ 'ਤੇ ਰਿਹਾ, ਮੈਂ 400-500, 500-700 ਕਿਲੋਮੀਟਰ ਇੱਕ ਦਿਨ 'ਤੇ ਸਫ਼ਰ ਕੀਤਾ। ਮੇਰੀ ਪਾਰਟੀ ਨੇ ਕੋਈ ਪਾਰਟੀ ਦਾ ਸਾਡਾ ਕੋਈ ਮੇਰੀ ਸਟੇਟ ਕਮੇਟੀ ਕੋਈ ਨਹੀਂ ਸੀ, ਸਾਡਾ ਕੋਈ ਫੰਡ ਨਹੀਂ ਸੀ, ਸਾਡਾ ਕੋਈ ਟ੍ਰੇਜਰ ਨਹੀਂ ਸੀ, ਸਾਨੂੰ ਕੋਈ ਪੈਸਾ ਨਹੀਂ ਸੀ ਪਾਰਟੀ ਵੱਲੋਂ ਮਿਲਦਾ। ਇਹਦੇ ਬਾਵਜੂਦ ਅਸੀਂ ਪਾਰਟੀ ਨੂੰ ਸੈਂਟਰ ਪੁਲਿਸ 'ਚ ਵੀ ਪੈਸੇ ਦਿੰਦੇ ਰਹੇ ਹਾਂ, ਪੰਜਾਬ 'ਚ ਕੰਮ ਕਰਦੇ ਰਹੇ ਹਾਂ, ਉੱਥੇ ਵੀ ਖਰਚਾ ਹੁੰਦਾ ਰਿਹਾ, ਜਿਨ੍ਹਾਂ ਬੰਦਿਆਂ ਨਾਲ ਪਾਰਟੀ 'ਚ ਵਰਕਰਾਂ ਨਾਲ ਜਾਤੀਆਂ ਹੋਈਆਂ ਨੇ ਉਹਨਾਂ ਨੂੰ ਵੀ ਕੰਪਨਸੇਟ ਕਰਦੇ ਰਹੇ ਹਾਂ। ਇਹਦੇ ਬਾਵਜੂਦ ਵੀ ਉਹਨਾਂ ਦੇਖਿਆ ਵੀ ਇਹ ਬੰਦਾ ਇੱਕ ਜ਼ਮੀਰ ਵਾਲਾ ਬੰਦਾ ਹੈ, ਇਹ ਆਪਣੀ ਜ਼ਮੀਰ ਕਿਲ ਨਹੀਂ ਕਰ ਸਕਦਾ, ਇਹ ਆਪਣੇ ਅਸੂਲ 'ਤੇ ਕੰਪਰੋਮਾਈਜ਼ ਨਹੀਂ ਕਰ ਸਕਦਾ, ਇਹ ਪੰਜਾਬ ਦੇ ਇੰਟਰਸਟ ਨੂੰ ਇਗਨੋਰ ਨਹੀਂ ਕਰ ਸਕਦਾ। ਇਸ ਕਰਕੇ ਮੈਨੂੰ ਕੋਈ ਤਾਕਤ ਵੀ ਨਹੀਂ ਸੀ ਦਿੱਤੀ ਹੋਈ, ਇਹਦੇ ਬਾਅਦ ਵੀ ਮੇਰੇ ਵਾਸਤੇ ਇਹੋ ਜਿਹੇ ਸ਼ਰਯੰਤਰ ਰਚੇ ਆ। ਮੈਂ ਸਮਝਦਾ ਕਿ ਪੰਜਾਬ ਦੇ ਲੋਕ ਬਹਾਦਰ ਨੇ, ਜਿਨ੍ਹਾਂ ਦੇ ਨੱਕ 'ਤੇ ਨੇ ਇਹਨਾਂ ਦੀ ਜਿਹੜੀ ਮੇਰੇ 'ਤੇ ਐਲੀਗੇਸ਼ਨ ਲਾਇਆ ਚੜ੍ਹਿਆ, ਪੰਜਾਬ ਦੇ ਲੋਕ ਉੱਠ ਕੇ ਖੜ੍ਹੇ ਹੋ ਗਏ ਅਤੇ ਜਿਹੜਾ ਬੰਦਾ 40 ਸਾਲ ਤੋਂ ਲੋਕਾਂ 'ਚ ਵਿਚਰਿਆ, ਜਿਸ ਪੈਸੇ ਦੀ ਗੱਲ ਕਰ ਰਿਹਾ, ਮੈਂ 23 ਸਾਲ ਦੀ ਉਮਰ ਦੇ ਵਿੱਚ ਬਲਾਕ ਸਮਿਤੀ ਧਾਲੀਵਾਲ ਦਾ ਵੀ ਚੇਅਰਮੈਨ ਸਾਂ, ਲੈਂਡ ਮੋਰਗੇ ਬੈਂਕ ਗੁਰਦਾਸਪੁਰ ਦਾ ਵੀ ਚੇਅਰਮੈਨ ਸਾਂ, ਅਤੇ ਮੈਂ 2 ਗੱਡੀਆਂ ਲੈ ਕੇ ਚੱਲਦਾ ਸਾਂ ਅੱਗੜ ਪਿੱਛੜ 23 ਸਾਲ ਦੀ ਉਮਰ ਦੇ ਵਿੱਚ। ਅਤੇ ਉਦੋਂ ਕੋਈ MLA ਗਰਾਂਟ ਨਹੀਂ ਸੀ, ਦਵਾਨੀ ਵੀ ਦੇ ਸਕਦਾ, ਮੈਂ ਗਰਾਂਟਾਂ ਪਿੰਡਾਂ 'ਚ ਦਿੰਦਾ ਸਾਂ। ਮੈਂ ਉਦੋਂ ਲੈਂਡ ਮੋਰਗੇ ਬੈਂਕ ਦੇ ਵਿੱਚ ਪਰਚੇਜ ਆਫ ਲੈਂਡ, ਟਰੈਕਟਰ ਖਰੀਦਣ ਵਾਸਤੇ, ਲੈਵਲਿੰਗ ਵਾਸਤੇ, ਪੋਲਟਰੀ ਵਾਸਤੇ, ਡੇਅਰੀ ਵਾਸਤੇ, ਪਿਕਰੀ ਵਾਸਤੇ, ਪੰਪ ਲਾਉਣ ਵਾਸਤੇ ਸਾਰਾ ਪੈਸਾ ਅਸੀਂ ਦਿੰਦੇ ਸਾਂ। ਅਤੇ MLA ਅਤੇ ਆਪਣੇ ਜਿਹੜੇ ਚੇਅਰਮੈਨ ਸੀਗੇ ਅਤੇ ਜਿਹੜੇ ਮੈਨੇਜਰ ਸੀ ਉਹਨਾਂ ਦੇ ਕਮਿਸ਼ਨ ਹੁੰਦੇ ਸੀ ਉਹਦੇ ਵਿੱਚ, ਤਾਂ ਮੈਂ ਜਾਂਦੇ ਸਾਰਾ ਕੁਝ ਬੰਦ ਕਰ ਦਿੱਤਾ ਸੀਗਾ। ਅਤੇ ਪੈਸਾ ਤਾਂ ਮੇਰੀ ਜ਼ਿੰਦਗੀ ਦਾ ਕਦੀ ਮਨੋਰਥ ਨਹੀਂ ਰਿਹਾ, ਮੈਂ ਬੜਾ ਸਿੱਧਾ ਸਾਦਾ ਬੰਦਾ ਸੀਗਾ। ਮੇਰੀ ਤਾਂ ਇਲੈਕਸ਼ਨ ਸਾਲ ਬਾਅਦ ਹੋਏ ਨਾ, ਮੇਰੇ ਹਲਕੇ ਦੇ ਲੋਕ ਮੇਰੀ ਇਲੈਕਸ਼ਨ ਆਪ ਲੜਦੇ ਆ। ਮੈਂ ਕੋਈ ਬੰਦਾ ਹੈ ਲੀਡਰ, ਲੋਕ ਲੀਡਰ ਆਪਣੇ ਆਪ ਨੂੰ ਕਵਰ ਕਰਦੇ ਜੀ ਮੇਰਾ ਖਰਚ ਬੜਾ ਹੋ ਗਿਆ, ਤਾਂ ਮੈਂ ਤਾਂ 40 ਸਾਲ 'ਚ ਮੈਂ ਫਿਰ 40 ਇਲੈਕਸ਼ਨਾਂ ਲੜੀਆਂ ਹੋਣੀਆਂ ਮੈਂ।
ਇੱਕ ਇਲੈਕਸ਼ਨ 'ਚ ਕਦੀ ਦਵਾਨੀ ਨਹੀਂ ਕਰਾਉਣਾ ਜੀ, ਲੋਕ ਮੇਰਾ ਤੱਕ ਲਾਉਂਦੇ ਆ, ਲੋਕਾਂ ਦਾ ਵਿਸ਼ਵਾਸ ਜਿੱਤਣਾ ਸਭ ਤੋਂ ਜ਼ਰੂਰੀ ਹੈ। ਜਦੋਂ ਲੋਕ ਕਿਸੇ 'ਤੇ ਵਿਸ਼ਵਾਸ ਕਰ ਲੈਂਦੇ ਆ, ਪੈਸਾ ਬਹੁਤ ਛੋਟੀ ਚੀਜ਼ ਹੈ, ਲੋਕ ਜਾਣ ਲੈਂਦੇ ਆ। ਇਹਨਾਂ ਨੇ ਜਦੋਂ ਮੇਰੇ 'ਤੇ ਇਲਜ਼ਾਮ ਲਾਇਆ ਤਾਂ ਪੰਜਾਬ ਦੇ ਲੋਕ ਉੱਠ ਕੇ ਖੜ੍ਹੇ ਹੋ ਗਏ ਕਿ ਤੁਸੀਂ ਬਹੁਤ ਗਲਤ ਕੰਮ ਕੀਤਾ, ਲੋਕਾਂ ਮੰਨਿਆ ਹੀ ਨਹੀਂ। ਇਹਨਾਂ ਨੇ ਕਿਹੜੇ ਕਿਹੜੇ ਬੰਦੇ ਮਾਰ ਦਿੱਤੇ ਸੀ ਕੇਜਰੀਵਾਲ ਹੋਣਾਂ ਨੇ, ਅਤੇ ਲੋਕ ਬੋਲੇ ਨਹੀਂ ਸੀ, ਪਰ ਜਦੋਂ ਨਿੱਘੇ ਜਿਹੇ ਬੰਦੇ ਨੂੰ ਇਹਨਾਂ ਨੇ ਹੱਥ ਪਾਇਆ ਤਾਂ ਸਾਰਾ ਪੰਜਾਬ ਉਹਦੀ ਫਿਰ 'ਤੇ ਖੜਾ ਹੋ ਗਿਆ। ਅਤੇ ਮੈਂ ਤਾਂ ਲੋਕਾਂ ਦਾ ਕਰਜ਼ਾਈ ਹਾਂ, ਮੈਂ ਤਾਂ ਆਪਣੀ ਰਹਿੰਦੀ ਜ਼ਿੰਦਗੀ ਜਿਹੜੀ ਹੈ ਲੋਕਾਂ ਦੇ ਅਕੋਰਡਿੰਗਲੀ ਚੱਲਣਾ। ਲੋਕਾਂ ਨੇ ਮੈਨੂੰ ਰੀਬਰਥ ਦਿੱਤਾ ਪਰਮਾਤਮਾ ਨੇ ਅਤੇ ਲੋਕਾਂ ਨੇ, ਇਸ ਕਰਕੇ ਇਹ ਕ੍ਰਾਂਤੀਕਾਰੀ ਲੋਕਾਂ ਦਾ ਤੁਸੀਂ ਵੇਖਦੇ ਰਹੇ, ਕ੍ਰਾਂਤੀਕਾਰੀ ਲੋਕਾਂ ਦਾ ਹਾਲ ਹਮੇਸ਼ਾ ਹੀ ਮਾੜਾ ਹੋਇਆ। ਤੁਸੀਂ ਦੇਸ਼ ਦੀ ਆਜ਼ਾਦੀ ਵਿੱਚ ਕ੍ਰਾਂਤੀਕਾਰੀ ਕੌਣ ਸੀ? ਭਗਤ ਸਿੰਘ ਹੋਣੀ, ਰਾਜਗੁਰੂ ਸੁਖਦੇਵ ਹੋਣੀ, ਸੁਭਾਸ਼ ਚੰਦਰ ਬੋਸ ਹੋਣੀ। ਤੁਸੀਂ ਉਹਨਾਂ ਦਾ ਹਾਲ ਵੇਖਿਆ ਹੀ ਹੈ ਨਾ, ਕੰਮ ਕਰਨ ਵਾਲੇ ਕੋਈ ਹੋਰ ਸੀ ਅਤੇ ਰਾਜਪਾਲ ਕਰਨ ਵਾਲੇ ਕੋਈ ਹੋਰ ਸੀ। ਸੋ ਮੈਨੂੰ ਇਸ ਚੀਜ਼ ਦਾ ਕੋਈ ਗਿਲਾ ਨਹੀਂ ਗਾ। ਮੈਂ ਇਹ ਜ਼ਰੂਰ ਚਾਹੁੰਦਾ ਵਾਂ ਕਿ ਚੰਗੇ ਬੰਦੇ ਜਿਹੜੇ ਆ ਉਹ ਅੱਗੇ ਆਉਣੇ ਚਾਹੀਦੇ ਆ, ਔਰ ਜਿਹੜੇ ਪੰਜਾਬੀਅਤ ਨੂੰ ਬਚਾਉਣ, ਪੰਜਾਬ ਨੂੰ ਬਚਾਉਣ। ਜਿਸ ਪੰਜਾਬ ਦੁਖਾਂਤ ਦੇ ਵਿੱਚੋਂ ਦੀ ਗੁਜ਼ਰ ਰਿਹਾ, ਇਹ ਬੜਾ ਦੁੱਖਦਾਈ ਪੀਰੀਅਡ ਆ, ਅਤੇ ਅੱਜ ਪੰਜਾਬ ਦਾ ਕਿਸਾਨ ਜਿਹੜਾ ਲੋਕਾਂ ਦੇ ਮੂੰਹ 'ਚ ਰੋਜ਼ੀ ਰੋਟੀ ਪਾਉਂਦਾ, ਉਹਦੇ ਆਪਣੇ ਬੱਚੇ ਨੰਗੇ ਫਿਰ ਰਹੇ ਆ, ਉਹ ਸੁਇਸਾਈਡ ਕਰ ਰਿਹਾ ਵਾ, ਇੰਡਸਟਰੀ ਸਾਡੀ ਉੱਜੜ ਗਈ ਹੈ। ਦੋ ਹੀ ਚੀਜ਼ਾਂ ਕਿਸੇ ਸਟੇਟ ਦੀ ਤਰੱਕੀ ਵਿੱਚ ਭਾਈਵਾਲ ਬਣਦੀਆਂ ਨੇ, ਇੱਕ ਇੰਡਸਟਰੀ ਅਤੇ ਇੱਕ ਕਿਸਾਨੀ। ਉਹੀ ਜੋਬ ਕ੍ਰੀਏਟ ਕਰਦੀਆਂ ਨੇ, ਔਰ ਉਹ ਦੋਵੇਂ ਸਮਾਪਤ ਕਰ ਦਿੱਤੀਆਂ ਨੇ। ਵਪਾਰੀ ਸਾਡਾ ਇੱਥੇ ਕੋਈ ਇਨਵੈਸਟਮੈਂਟ ਕਰਕੇ ਰਾਜੀ ਨਹੀਂ, ਤਾਂ ਉਹਦੇ ਵਿੱਚ ਲੀਡਰ ਹਿੱਸਾ ਰੱਖਦੇ ਆ। ਸਾਡੇ ਬੱਚੇ ਆਪਣਾ ਫਿਊਚਰ ਉਹਨਾਂ ਨੂੰ ਕੁਛ ਨਹੀਂ ਦਿਸਦਾ, ਸਾਡਾ ਟੈਲੈਂਟ ਬਾਹਰ ਦੇ ਮੁਲਕਾਂ 'ਚ ਮਾਈਗ੍ਰੇਟ ਹੋ ਰਿਹਾ। ਸਾਡੇ ਗਰੀਬ ਜਨਤਾ ਜਿਹੜੀ ਆ ਉਹਨਾਂ ਨੂੰ ਰੋਟੀ ਦਾ ਵੀ ਫਿਕਰ ਹੁੰਦਾ। ਕੋਈ ਗਰੀਬ ਬੰਦਾ ਆਪਣੇ ਬੱਚੇ ਨੂੰ ਚੰਗੀ ਤਰੀਬ ਨਹੀਂ ਦਵਾ ਸਕਦਾ, ਕੋਈ ਗਰੀਬ ਬੰਦਾ ਆਪਣਾ ਚੰਗਾ ਇਲਾਜ ਨਹੀਂ ਕਰਾ ਸਕਦਾ। ਬਹੁਤ ਸਾਰੀਆਂ ਅਲਾਮਤਾਂ ਨੇ, ਖੇਤ ਨੂੰ ਵਾਰ ਖਾਣ ਲੱਗੀ ਹੋਈ ਆ, ਲੀਡਰ ਜਿਹੜੇ ਲਟੇਰੇ ਹੋ ਗਿਆ, ਵਪਾਰੀ ਹੋ ਗਿਆ, ਬਿਜਨਸ ਸੰਭਾਲ ਲਿਆ ਪੋਲੀਟਿਕਸ 'ਚ, ਸਾਰਾ ਕਾਰੋਬਾਰ ਲੀਡਰਾਂ ਨੇ ਆਪਣੇ ਹੱਥਾਂ 'ਚ ਲੈ ਲਿਆ। ਇਸ ਸਿਸਟਮ ਨੂੰ ਬਦਲਣ ਵਾਸਤੇ ਆਪਾਂ ਲੜ ਰਹੇ ਸੀ, ਅਤੇ ਪੰਜਾਬ ਦੇ ਲੋਕਾਂ ਨੇ ਫੇਥ ਕੀਤਾ ਸੀ ਕੇਜਰੀਵਾਲ ਨੇ, ਲੋਕਾਂ ਦਾ ਫੇਥ ਉਹਨੇ ਡੈਮੇਜ ਕਰ ਦਿੱਤਾ। ਜਿੱਥੇ ਬਾਦਲ ਨਹੀਂ ਪੰਜਾਬ ਦੀ ਬਰਬਾਦੀ ਵਾਸਤੇ ਜ਼ਿੰਮੇਵਾਰ ਆ, ਵੇਖੇ ਨੇ ਵਿਖਾਇਆ ਸੀ, ਸੁਪਨੇ ਇਹਨੇ ਵਿਖਾਏ ਸੀ ਭਈ ਸਿਸਟਮ ਬਦਲਾਂਗੇ, ਕਰਪਟ ਕ੍ਰਿਮੀਨਲ ਕਰੈਕਟਰਲੈਸ ਲੈਂਡ ਗ੍ਰੈਬਰ, ਪੁਲਿਸ ਦੇ ਇਨਫਾਰਮਰਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ, ਪੈਸੇ ਨਾਲ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ। ਉਹ ਸਾਰੇ ਅਸੂਲ ਛੱਡ ਦਿੱਤੇ ਆ, ਹੰਕਾਰ ਦੀ ਭਾਸ਼ਾ ਬੋਲਣ ਲੱਗ ਪਿਆ, ਜਿਹਨੂੰ ਮਰਜ਼ੀ ਇਮਾਨਦਾਰ ਕਹਿ ਦਿੰਦਾ, ਜਿਹਨੂੰ ਮਰਜ਼ੀ ਬੇਈਮਾਨ ਕਹਿ ਦਿੰਦਾ। ਦੇਸ਼ ਦੇ ਵਿੱਚ ਇਕਲੌਤਾ ਬੰਦਾ ਜਿਹੜਾ ਇਮਾਨਦਾਰ ਆ, ਬਾਕੀ ਸਾਡੇ ਦੇਸ਼ਵਾਸੀ ਜਿਹੜੇ ਆ ਉਹ ਇਮਾਨਦਾਰ ਨਹੀਂ ਹਨ। ਇਸ ਕਰਕੇ ਉਹਨਾਂ ਨੇ ਜੋ ਕੁਝ ਕੀਤਾ, ਮੈਂ ਸਮਝਦਾ ਕਿ ਪੰਜਾਬ ਦੀ ਬਰਬਾਦੀ ਵਾਸਤੇ ਦੂਜਾ ਜ਼ਿੰਮੇਵਾਰ ਜਿਹੜਾ ਬਾਦਲ ਤੋਂ ਬਾਅਦ ਉਹ ਕੇਜਰੀਵਾਲ। ਅਸੀਂ ਇੱਕ ਗੱਲ ਹੋਰ ਪੁੱਛਣੀ ਚਾਹੁੰਦੇ ਹਾਂ ਜੀ, ਇਹ ਜੋ ਟਿਕਟਾਂ ਦੀ ਮਤਲਬ ਪਹਿਲਾਂ ਹੀ ਇਹ ਡਿਕਲੇਅਰ ਕਰ ਦਿੱਤੀਆਂ, ਇਹ ਹਜੇ ਕੋਈ ਇਲੈਕਸ਼ਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ, ਅਤੇ ਕੀ ਕਾਰਨ ਹੈ ਇਹਦਾ? ਸਾਰੀ ਦੁਨੀਆਂ ਨੂੰ ਪਤਾ ਜੀ, ਜਿਹੜੇ ਅਸੂਲ ਇਹਨੇ ਲੋਕਾਂ ਨੂੰ ਦਰਸਾਏ ਸੀ ਉਹਨਾਂ ਦੇ ਪੂਰੇ ਦੇ ਉੱਤਰੇ। 32 ਸੀਟਾਂ ਦੇ ਵਿੱਚੋਂ 20 ਸੀਟਾਂ ਉਹੋ ਜਿਹੀਆਂ ਨੇ ਜਿਹਨਾਂ 'ਤੇ ਕਿਸੇ 'ਤੇ ਬਾਲ ਸਰਟੀਫਿਕੇਟ ਦਾ ਕੇਸ ਹੈ, ਕੋਈ ਟਰਮੀਨੇਟ ਸਰਵਿਸ 'ਚੋਂ ਹੋਇਆ, ਕਿਸੇ 'ਤੇ ਗੋਲਡ ਚੋਰੀ ਕਰਨ ਦਾ ਕੇਸ ਆ, ਕਿਸੇ 'ਤੇ ਕਿਸੇ ਨੂੰ ਧਮਕਾਉਣ ਦਾ ਕੇਸ ਆ, ਕਿਸੇ ਨੇ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਕਰਨ ਦਾ ਕੇਸ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹਦੇ ਵਿੱਚ ਫਸੇ ਹੋਏ ਆ, ਉਹਨਾਂ ਕੋਲ ਪੈਸੇ ਲਏ ਆ, ਜਿਹੜਾ ਕਹਿੰਦਾ ਅਸੀਂ ਪੈਸੇ ਨੂੰ ਅਸੀਂ ਹੱਥ ਨਹੀਂ ਲਾਉਂਦੇ। ਮੇਰੇ ਵਰਗੇ ਬੰਦੇ ਸਿਧਾਂਤ 'ਤੇ ਕਹਿਤਾ ਜੀ, ਇਹ 2 ਲੱਖ ਜਾਂ ਲੱਖ ਦਾ ਇਹ ਕਿਸੇ ਕੋਲ ਪੈਸਾ ਲੈ ਰਿਹਾ ਸੀ, ਅਤੇ ਮੈਂ ਤਾਂ ਕਨਫੈਸ ਕੀਤਾ ਕਿ ਮੈਂ ਲੈ ਨਹੀਂ ਸੀ ਰਿਹਾ, ਲੋਕ ਮੈਨੂੰ ਦੇ ਰਹੇ ਨੇ। ਲੋਕਾਂ ਦਾ ਮੇਰੇ 'ਤੇ ਭਰੋਸਾ ਵੀ ਪਾਰਟੀ ਚਲਾਉਣੀ ਆ, ਤੂੰ ਦਿੱਲੀ ਵਾਲਿਆਂ ਨੂੰ ਵੀ ਪੈਸੇ ਦੇਣੇ ਆ, ਨੀਤੀ ਲੋਕਾਂ ਨੂੰ ਪੈਸੇ ਦੇਣੇ ਆ। ਪਰ ਮੈਂ ਇਸ ਇਮਾਨਦਾਰ ਬੰਦੇ ਨੂੰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਨੂੰ, ਅਤੇ ਜਦੋਂ ਤੁਸੀਂ ਪੰਜਾਬ ਆਉਂਦੇ ਹੋ ਓਫੀਸ਼ੀਅਲ ਟੂਰ 'ਤੇ ਆਉਂਦੇ ਹੋ, ਤੁਸੀਂ ਜਿਹੜਾ ਜਹਾਜ਼ ਦਾ ਕਿਰਾਇਆ ਦਿੰਦੇ ਹੋ ਆਪਣੀ ਤਨਖਾਹ 'ਤੇ ਦਿੰਦੇ ਹੋ, ਉਹ ਆਪਣਾ ਘਰ ਵੇਚ ਕੇ ਦਿੰਦੇ ਹੋ, ਉਹ ਪਬਲਿਕ ਮਨੀ ਹੈ। ਮੈਂ ਡਿਬੇਟ ਕਰਨ ਨੂੰ ਉਹਦੇ ਨਾਲ ਤਿਆਰ ਹਾਂ, ਫੇਸ ਟੂ ਫੇਸ ਹੋ ਕੇ। ਜਾਂ ਮੈਨੂੰ ਸਾਬਤ ਕਰਦੇ ਝੂਠਾ, ਤਾਂ ਮੇਰੇ 'ਤੇ ਕ੍ਰਿਮੀਨਲ ਕੇਸ ਬਣਨਾ ਚਾਹੀਦਾ ਸੀ, ਤਾਂ ਮੈਂ ਸਾਬਤ ਕਰਾਂਗਾ। ਅਖੀਰ 'ਚ ਅਸੀਂ ਇੱਕ ਗੱਲ ਹੋਰ ਪੁੱਛਣੀ ਚਾਹੁੰਦੇ ਹਾਂ, ਵੀ ਜਨਤਾ ਆਪਦੇ ਨਾਲ ਅਤੇ ਆਪਦੇ ਵਰਕਰ ਉਸ ਤੋਂ ਵੀ ਵੱਧ ਕੇ ਉਤਸ਼ਾਹ ਨਾਲ ਜਿਹੜੇ ਖੜ੍ਹੇ ਹੈ, ਇਹਦਾ ਤੁਹਾਡਾ ਕੀ ਪਿਆਰ ਅਤੇ ਕੀ ਸਤਿਕਾਰ ਅਤੇ ਕੀ ਤੁਸੀਂ ਇਹਨਾਂ ਦੇ ਖਾਤਰ ਕੀਤਾ? ਵਰਕਰ ਕੁਛ ਨਹੀਂ ਚਾਹੁੰਦਾ, ਪਿਆਰ ਚਾਹੁੰਦਾ। ਮੈਨੂੰ ਲਿਬੜੇ ਕੱਪੜੇ ਵਾਲੇ ਨੂੰ ਮੈਂ 12 ਵਜੇ ਰਾਤ ਦੇ ਵੀ ਮਿਲਦਾ, ਉਹਦਾ ਟੈਲੀਫੋਨ ਵੀ ਚੁੱਕਦਾ, ਉਹਨੂੰ ਜੱਫੀ ਪਾ ਕੇ ਵੀ ਮਿਲਦਾ। ਇਨਸਾਨ ਇਨਸਾਨ ਆ, ਉਹਦੇ ਲੀਡਰ ਜਿਹੜੇ ਆਪਣੇ ਘਰ ਦੇ ਵਿੱਚ ਲਿਬੜੇ ਪੈਰਾਂ ਵਾਲੇ ਨੂੰ ਨਹੀਂ ਵੜ ਦਿੰਦੇ ਵੀ ਸਾਡਾ ਕਾਰਪੇਟ ਨਾ ਖੜਾ ਹੋ ਜਾਵੇ। ਛੋਟੇ ਪੁੱਤੇ ਘਰ ਦੇ ਬਾਹਰ ਕਦੀ ਕੋਈ ਕੁੱਤਾ ਨਹੀਂ ਵੱਜਿਆ, ਕਦੀ ਕੋਈ ਗਨਮੈਨ ਨਹੀਂ ਹੁੰਦਾ। ਮੈਂ ਤਾਂ ਬਾਹਰ ਗੇਟ 'ਤੇ ਇੰਤਜ਼ਾਰ ਕਰ ਰਿਹਾ ਹੁੰਦਾ, ਜੇ ਕੋਈ ਗਰੀਬ ਬੰਦਾ ਰਾਤ ਨੂੰ ਹੁੰਦਾ ਤਾਂ ਪਤਾ ਨਹੀਂ ਕਿਸ ਬਿਪਤਾ 'ਚ। ਵਰਕਰ ਪਿਆਰ ਚਾਹੁੰਦਾ, ਮੈਂ ਵਰਕਰ ਦਾ ਟੈਲੀਫੋਨ ਸੁਣਨਾ, ਮੈਂ ਵਰਕਰ ਨੂੰ ਮਿਲਣਾ, ਮੈਂ ਉਹਨੂੰ ਸਤਿਕਾਰ ਦਿੰਦਾ। ਹੋਰ ਮੈਂ ਕੀ ਦੇਣਾ, ਮੇਰੇ ਕੋਲ ਕੁਛ ਦੇਣ ਨੂੰ ਹੋਰ ਕੋਈ ਹੈ ਹੀ ਨਹੀਂ, ਅਤੇ ਵਰਕਰ ਵੀ ਇਹੋ ਭਾਲਦਾ। ਇਸੇ ਕਰਕੇ ਲੋਕ ਮਿਲਣਾ ਕਰਿਓ। ਧੰਨਵਾਦ ਜੀ, ਪੰਜਾਬ ਦੇ ਲੋਕਾਂ ਨੂੰ ਕਦੀ ਨਿਰਾਸ਼ ਨਹੀਂ ਕਰਾਂਗਾ। ਮੈਂ ਆਪਣੀ ਰਹਿੰਦੀ ਜ਼ਿੰਦਗੀ ਦਾ ਫੈਸਲਾ ਕੀਤਾ ਕਿ ਜੇ ਅੱਗੇ ਮੈਂ ਥੋੜ੍ਹਾ ਬਹੁਤਾ ਘਰ ਵਾਲਿਆਂ ਨਾਲ ਵਿਹਦਾ ਸਾਂ, ਹੁਣ ਮੈਂ ਟੋਟਲੀ ਲੋਕਾਂ ਨਾਲ ਵੇਖਣਾ, ਕਿਉਂਕਿ ਲੋਕਾਂ ਨੇ ਮੈਨੂੰ ਨਵਾਂ ਜਨਮ ਦਿੱਤਾ।